ਸਤਿ ਸ਼੍ਰੀ ਅਕਾਲ ਜੀ ਕੈਫੇ ਪੰਜਾਬੀ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਮੇਰੇ ਨਾਲ ਉਹ ਹੈਗੇ ਨੇ ਜਿਹੜੇ ਅਪਕਮਿੰਗ ਸਿੰਗਰ ਨੇ ਅਤੇ ਆਲਰੇਡੀ ਸੁਪਰ ਸਟਾਰ ਵੀ ਨੇ ਹੁਣ ਅਪਕਮਿੰਗ ਸਿੰਗਰ ਅਤੇ ਸੁਪਰ ਸਟਾਰ ਮਾਈ ਗਾਡ ਸ਼ਾਇਦ ਮੈਂ ਗਲਤ ਬੋਲ ਰਹੀ ਹਾਂ ਸ਼ਾਇਦ ਨਹੀਂ ਸਹੀ ਬੋਲ ਰਹੀ ਹਾਂ ਮੈਂਡੀ ਤੱਕੜ ਸਤਿ ਸ਼੍ਰੀ ਅਕਾਲ ਮੈਂਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਮਿਲ ਕੇ ਹਮੇਸ਼ਾ ਵਧੀਆ ਲੱਗਦਾ ਹੈ ਹਾਈ ਵੈਰੀ ਸਵੀਟ ਸੋ ਮੱਚ ਥੈਂਕ ਯੂ ਸੋ ਮੱਚ ਮੈਂ ਖਾਸਾ ਤੁਹਾਡੇ ਲਈ ਅੱਜ ਸੂਟ ਪਾਇਆ ਪਤਾ ਮੈਂ ਚੇਂਜਡ ਆਈ ਹਾਂ ਮੈਂ ਬੋਰ ਹੋ ਗਈ ਥੋੜਾ ਜਿਹਾ ਸੂਟ ਪਾ ਕੇ ਅੱਛਾ ਮੈਂਡੀ ਅਪਕਮਿੰਗ ਸਿੰਗਰ ਅਤੇ ਸੁਪਰ ਸਟਾਰ ਤੁਹਾਨੂੰ ਕੀ ਡਿਫਰੈਂਸ ਲੱਗਦਾ ਦੋਨਾਂ ਦੇ ਵਿੱਚ ਇਹ ਤੁਹਾਡੇ ਤੇ ਇਹ ਗੱਲ ਵੈਸੇ ਸਹੀ ਢੁੱਕਦੀ ਆ ਹੁਣ ਆਪਣੇ ਆਪਣੇ ਸ਼ਬਦਾਂ ਵਿੱਚ ਮੈਨੂੰ ਪਹਿਲਾਂ ਬਹੁਤ ਵਧੀਆ ਲੱਗਿਆ ਕਿ ਤੁਸੀਂ ਮੈਨੂੰ ਕੰਪਲੀਮੈਂਟ ਦੇ ਰਹੇ ਹੋ ਮੈਂ ਆਪਣੇ ਆਪ ਨੂੰ ਸੁਪਰ ਸਟਾਰ ਨਹੀਂ ਸਮਝਦੀ ਜਦੋਂ ਬਣ ਵੀ ਜਾਵਾਂਗੀ ਉਦੋਂ ਵੀ ਸ਼ਾਇਦ ਨਹੀਂ ਕਹਾਂਗੀ ਕਿ ਅਸਾਂ ਮੈਂ ਸੁਪਰ ਸਟਾਰ ਬਿਕੋਜ਼ ਆਈ ਥਿੰਕ ਇੱਕ ਸੁਪਰ ਸਟਾਰ ਉਹੀ ਹੁੰਦਾ ਹੈ ਜੋ ਸੁਪਰ ਸਟਾਰਡਮ ਦੀ ਖੋਜ ਵਿੱਚ ਚੱਲਦਾ ਰਹੇ ਅਗਰ ਸੁਪਰ ਸਟਾਰਡਮ ਹੀ ਉਹਨੂੰ ਚਾਹੀਦੀ ਹੈ ਮੈਂ ਕਲਾਕਾਰ ਹਾਂ ਐਕਟਰ ਹਾਂ ਸਿੰਗਰ ਬਣ ਜਾ ਰਹੀ ਹਾਂ ਸੋ ਆਈ ਥਿੰਕ ਮੈਂ ਇਨਸਾਨ ਹੀ ਰਹਿਣਾ ਚਾਹਾਂਗੀ ਸਰ ਸੁਪਰ ਸਟਾਰ ਥੋੜ੍ਹਾ ਜਿਹਾ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਸੁਪਰ ਸਟਾਰ ਤੋਂ ਸੁਪਰ ਹਿਊਮਨ ਐਕਸਪੈਕਟੇਸ਼ਨਸ ਹੁੰਦੀਆਂ ਨੇ ਜੋ ਸ਼ਾਇਦ ਮੈਂ ਫੁਲਫਿਲ ਨਾ ਕਰ ਪਾਵਾਂ ਮੈਂ ਇੱਕ ਚ ਗੱਲ ਕਹੂੰਗੀ ਹਮੇਸ਼ਾ ਆਲਰੇਡੀ ਜਿਹੜੇ ਸੁਪਰ ਸਟਾਰ ਹੁੰਦੇ ਨੇ ਨਾ ਹਮੇਸ਼ਾ ਇਹੀ ਗੱਲਾਂ ਕਹਿੰਦੇ ਨੇ ਲਾਈਕ ਅਮਿਤਾਭ ਬੱਚਨ ਹੋ ਗਏ ਸ਼ਾਹਰੁਖ ਖਾਨ ਹੋ ਗਏ ਉਹ ਹਮੇਸ਼ਾ ਐਵੇਂ ਕਹਿੰਦੇ ਨੇ ਕਿ ਤੁਸੀਂ ਸੁਪਰ ਸਟਾਰ ਹੋਵੋ ਜਾਂ ਕੁਛ ਵੀ ਹੋਵੋ ਪਰ ਜਦ ਤੱਕ ਤੁਸੀਂ ਇੱਕ ਵਧੀਆ ਇਨਸਾਨ ਨਹੀਂ ਹੈਗੇ ਨਾ ਜਾਂ ਤੁਹਾਨੂੰ ਮਿਲ ਕੇ ਉਹ ਇੱਕ ਵਧੀਆ ਜਿਹੀ ਫੀਲਿੰਗ ਨਹੀਂ ਆਉਂਦੀ ਤਾਂ ਤੁਸੀਂ ਕੱਖ ਵੀ ਨਹੀਂ ਹੈਗੇ ਐਬਸੋਲੂਟਲੀ ਹਨਾ ਸਹੀ ਬੋਲਿਆ ਨਾ ਸਹੀ ਬਹੁਤ ਸਹੀ ਬੋਲਿਆ ਐਂਡ ਆਈ ਥਿੰਕ ਸੁਪਰ ਸਟਾਰ ਐਂਡ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਦੇ ਬਹੁਤ ਲਾਈਕ ਵਰਲਡਲੀ ਥਿੰਗਸ ਦੁਨਿਆਵੀ ਚੀਜ਼ਾਂ ਮੋਹ ਮਾਇਆ ਐਂਡ ਵੀ ਆਰ ਇਨ ਦਾ ਹਬ ਆਫ ਮੋਹ ਮਾਇਆ ਹੈ ਨਾ ਬਿਕੋਜ਼ ਔਲਰੇਡੀ ਆਪਾਂ ਲੋਕ ਕਹਿੰਦੇ ਨੇ ਕਿ ਜਿਹੜੀ ਜ਼ਿੰਦਗੀ ਹੈ ਇੱਕ ਇਲੂਜ਼ਨ ਹੈ ਸੋ ਔਲਰੇਡੀ ਇਹ ਇਲੂਜ਼ਨ ਹੈ ਇੱਕ ਸੁਪਨਾ ਹੈ ਤਾਂ ਫਿਰ ਵਿੱਚ ਉਸ ਸੁਪਨੇ ਦੇ ਆਪਾਂ ਇੱਕ ਹੋਰ ਸੁਪਨਾ ਪਾ ਦਿੱਤਾ ਐਕਟਿੰਗ ਸੋ ਔਲਰੇਡੀ ਇਹ ਨਕਲੀ ਹੈ ਉਹਦੇ ਵਿੱਚ ਹੋਰ ਆਪਾਂ ਨਕਲੀ ਪਾ ਦਿੱਤਾ ਹੈ ਯੂ ਨੋ ਸੋ ਇਟ ਗੈਟਸ ਲਾਈਕ ਕੰਫਿਊਜ਼ਿੰਗ ਕਿਉਂਕਿ ਆਪਾਂ ਆਪਣੇ ਇਮੋਸ਼ਨਸ ਨੂੰ ਹੋਰ ਵੀ ਮੈਨੀਪੁਲੇਟ ਕਰ ਰਹੇ ਹਾਂ ਬਟ ਇਟਸ ਗੁੱਡ ਇਹਦੇ ਨਾਲ ਕੁਛ ਵਧੀਆ ਕੀਤਾ ਜਾਵੇ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ ਲੋਕਾਂ ਨੂੰ ਖੁਸ਼ੀ ਦਿੱਤੀ ਜਾਵੇ ਹੋਰ ਇਨਸਾਨ ਨੂੰ ਕੀ ਚਾਹੀਦਾ ਹੈ ਅੱਛਾ ਮੈਂਡੀ ਮੈਂ ਹੁਣੇ ਪੁੱਛੂੰਗੀ ਵੀ 2010 ਤੋਂ ਆਈ ਥਿੰਕ ਸੋ ਤੁਸੀਂ ਸ਼ੁਰੂ ਕੀਤਾ ਸੀਗਾ ਹੈ ਨਾ ਹਾਂਜੀ ਅਤੇ 7 ਸਾਲ ਹੋ ਗਏ 2017 ਐਂਡ 7 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਐਂਡ ਮੈਂਡੀ ਤੱਕੜ ਜਦੋਂ ਆਈ ਸੀ ਉਹ ਅੱਜ ਵੀ ਪਤਾ ਆ ਕਿ ਮੈਂਡੀ ਤੱਕੜ ਹੈ ਨਾ ਇਜ਼ ਐਕਟਰਸ ਇੱਕ ਵਧੀਆ ਇਨਸਾਨ ਜਾਂ ਕੁਛ ਵੀ ਹੈ ਨਾ ਸੋ ਤੁਹਾਨੂੰ ਉਹ 7 ਸਾਲਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਦ ਤੁਸੀਂ ਇਸ ਇੰਡਸਟਰੀ 'ਚ ਆਏ ਸੀ ਕਿੰਨਾ ਕੁ ਫਰਕ ਲੱਗਦਾ ਆਪਣੇ ਆਪ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਆਈ ਥਿੰਕ ਬਹੁਤ ਫਰਕ ਲੱਗਦਾ ਮੈਨੂੰ ਆਪਣੇ ਆਪ ਵਿੱਚ ਕਿਉਂਕਿ ਮੈਂ ਇੱਕ ਟਾਈਮ ਹੁੰਦਾ ਸੀ ਡਰ ਜਾਂਦੀ ਸੀ ਜਾਂ ਸਹਿਮੀ ਰਹਿੰਦੀ ਸੀ ਜਾਂ ਫਿਰ ਕੌਨਫੀਡੈਂਸ ਲੈਕ ਕਰਦੀ ਸੀ ਅਤੇ ਮੈਨੂੰ ਇਹ ਹੁੰਦਾ ਸੀ ਕਿ ਕੋਈ ਵੀ ਸਿਚੁਏਸ਼ਨ ਹੋਵੇ ਲੋਕਾਂ ਨੂੰ ਮੈਂ ਪਸੰਦ ਆਉਣੀ ਚਾਹੀਦੀ ਹਾਂ ਮੇਰੇ ਕੋ ਸਟਾਰਸ ਕੋ ਐਕਟਰਸ ਜਿਨ੍ਹਾਂ ਨਾਲ ਮੈਂ ਜਿਨ੍ਹਾਂ ਨੂੰ ਵੀ ਮੈਂ ਮਿਲਾਂ ਹੁਣ ਉਹ ਡਰ ਚਲੇ ਗਿਆ ਹੈ ਅਤੇ ਕੌਨਫੀਡੈਂਸ ਰੀਬਿਲਡ ਹੋ ਰਹੀ ਹੈ ਵਧੀਆ ਤਰੀਕੇ ਦੇ ਨਾਲ ਮੈਂ ਬਹੁਤ ਆਈ ਥਿੰਕ ਨੋਟ ਲਾਈਲੋਗ ਇਨ ਅ ਨੈਗੇਟਿਵ ਵੇ ਲੇਕਿਨ ਜੋ ਮੈਂ ਸੁਣ ਲੈਣਾ ਉੱਤੇ ਅਮਲ ਕਰ ਲੈਣਾ ਬੇਸ਼ੱਕ ਉਹ ਮੇਰੇ ਲਈ ਸਹੀ ਨਹੀਂ ਹੈਗਾ ਪਰ ਮੈਨੂੰ ਲੱਗਣਾ ਕਿ ਹਾਂ ਇਸ ਇਨਸਾਨ ਨੂੰ ਸ਼ਾਇਦ ਜ਼ਿਆਦਾ ਪਤਾ ਹੈ ਕਿਉਂਕਿ ਉਹਨਾਂ ਨੇ ਸ਼ਾਇਦ ਜ਼ਿਆਦਾ ਜ਼ਿੰਦਗੀ ਦੇਖੀ ਹੈ ਜਾਂ ਫਿਰ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੈ ਜਦੋਂ ਤੁਸੀਂ ਕੋਈ ਵੀ ਕਿਸੇ ਵੀ ਫੀਲਡ ਵਿੱਚ ਐਜ਼ ਅ ਨਿਊ ਕਮਰ ਜਾਂਦੇ ਹੋ ਤੁਸੀਂ ਭਾਲਦੇ ਰਹਿੰਦੇ ਹੋ ਕਿ ਮੈਨੂੰ ਕੋਈ ਦੱਸੇ ਕਿ ਇਹ ਸਹੀ ਤਰੀਕੇ ਨਾਲ ਕਿੱਦਾਂ ਕੀਤਾ ਜਾਂਦਾ ਹੈ ਸੋ ਮੈਂ ਵੀ ਪਾਲਦੀ ਰਹਿੰਦੀ ਸੀ ਐਂਡ ਇਹਨਾਂ 7 ਸਾਲਾਂ ਵਿੱਚ ਮੈਂ ਇੱਕ ਚੀਜ਼ ਲਰਨ ਕੀਤੀ ਹੈ ਕਿ ਤੁਸੀਂ ਦੂਸਰਿਆਂ ਤੋਂ ਇੱਕ ਛੋਟੀਆਂ ਛੋਟੀਆਂ ਆਈ ਥਿੰਕ ਜਿਹੜੀਆਂ ਲੈਸਨਸ ਹੁੰਦੇ ਨੇ ਉਹ ਬਟੋਰ ਸਕਦੇ ਹੋ ਪਰ ਨੋਬਡੀ ਹੈਜ਼ ਦੀ ਆਨਸਰਸ ਫੋਰ ਯੂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜਾਂ ਫਿਰ ਤੁਸੀਂ ਆਪਣੀ ਕਰੀਅਰ ਦੇ ਨਾਲ ਕਿਵੇਂ ਅਤੇ ਕੀ ਕਰੋ ਸੋ ਹੁਣ ਉਸ ਲੈਵਲ 'ਤੇ ਆ ਕਿ ਹੁਣ ਮੈਨੂੰ ਜ਼ਿਆਦਾ ਡਰ ਨਹੀਂ ਲੱਗਦਾ ਜੋ ਹੋਣਾ ਹੈ ਸੋ ਹੋਣਾ ਹੈ ਬਸ ਆਪਣੇ ਵੱਲੋਂ ਵਾਹਿਗੁਰੂ ਦਾ ਨਾਮ ਲੈ ਕੇ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਜੋ ਵੀ ਮੈਂ ਕੰਮ ਫੜਦੀ ਹਾਂ ਉਹਨੂੰ ਸਿੰਸੇਅਰਲੀ ਕਰਾਂ ਹੁਣ ਆਈ ਫੀਲ ਮੋਰ ਕੌਨਫੀਡੈਂਟ ਆਈ ਫੀਲ ਲੈਸ ਆਫ ਅ ਨੀਡ ਕਿ ਮੈਂ ਸਾਰਿਆਂ ਨੂੰ ਪਸੰਦ ਆਉਣੀ ਚਾਹੀਦੀ ਹਾਂ ਮੈਂ ਉਸ ਜ਼ੋਨ 'ਚ ਨਹੀਂ ਜਾਂਦੀ ਹੁਣ ਕਿ ਆਈ ਸ਼ੁੱਡ ਬੀ ਪਰਫੈਕਟ ਮੈਂ ਉਸ ਜ਼ੋਨ ਵਿੱਚ ਹਾਂ ਕਿ ਆਈ ਸ਼ੁੱਡ ਬੀ ਰੀਅਲ ਐਂਡ ਜਿਨ੍ਹਾਂ ਨੂੰ ਮੈਂ ਪਸੰਦ ਆਵਾਂਗੀ ਉਹਨਾਂ ਨੂੰ ਆਵਾਂਗੀ ਬੇਸ਼ੱਕ ਮੇਰੇ ਅੰਦਰ ਬਹੁਤ ਕੀ ਉਹਨਾਂ ਨੂੰ ਕਹਿੰਦੇ ਆ ਐਬ ਨੈਗੇਟਿਵ ਚੀਜ਼ਾਂ ਹੋਣ ਕਮੀਆਂ ਹੋਣ ਫਿਰ ਵੀ ਆ ਜਾਵਾਂਗੀ ਐਂਡ ਦਿਸ ਇਜ਼ ਸੇਇੰਗ ਨਾ ਤੁਸੀਂ ਕੁਛ ਕਈ ਵਾਰ ਕੁਛ ਕਰ ਸਕਦੇ ਹੋ ਫੋਰ ਸਮਬਡੀ ਐਂਡ ਦੇ ਵਿਲ ਨੈਵਰ ਲਵ ਯੂ ਐਂਡ ਫੋਰ ਸਮ ਅਦਰ ਪੀਪਲ ਯੂ ਵਿਲ ਡੂ ਐਬਸੋਲੂਟਲੀ ਨਥਿੰਗ ਐਂਡ ਦੇ ਵਿਲ ਸਟਿਲ ਲਵ ਯੂ
So I've become shant like that. अच्छा मैंडी जो तुसी इस इंडस्ट्री च आना सी शुरू तो ही सोचा होया सी कि मैं एक अदाकार ही बनना है मैं बचपन तो ही सोचा होया सी बचपन तो ही सोचा सी हां जी ते जदों इस इंडस्ट्री दे विच तुसी आना सी है ना काइंड ऑफ थोड़ा पहला मौका सी ना की सोच के पहली चीज ओ दिमाग दे विच की सी भी इस चीज नाल ही मैं अगे जाना है या कुछ भी समथिंग लाइक दैट कुछ एवदा सी या चीजा मेनू सिर्फ बचपन तो जदों मैं सोचा सी कि मैं एक अदाकारा ही बनांगी मेनू छोटी उम्र तो ही जज्बातां नू जज्बातां दी समझ सी सो मैं मूवीज बहुत देखती हुंदी सी ते मैं देखती हुंदी सी कि वड्डे लोग की करदे ने यू नो जिहड़े एडल्ट्स ने सो मैं देख लिया कि वड्डे जिहड़े एडल्ट्स ने ओह वी बच्चियां वर्गे ने उहनां दे दिल वी मेरे वर्गे ने मतलब If you look at any of the Bollywood or any movies, they're emotional dramas, even Punjabi movies for that matter. They're emotional dramas and they're playing kuch 4-5 emotions naal hi puri duniya vich apan khel rahe hain. Dukh, khushi, pyar, moh, you know, greed, the negatives and the positives. So I was like, ye to sokha jaha kam hai, apan bas dikhana hi hai, inu dikha dende hain. So yeah, that's it. Emotions, playing with my emotions. That's what an actor does. इंडस्ट्री दे विच जदों तुसी आए खासकर मैं पहला दे पहली तां गल ही करूंगी क्योंकि जदों भी मेरे को कोई फीमेल सिंगर आउंदी है एक्ट्रेस आउंदी ना मैं एक जरूर पुछदी एक कुड़ी होण दे नाते कहिंदे मैं भी इस फील्ड विच है ना कि जदों तुसी इस फील्ड विच आउंदे हो कुड़ियां नूं बहुत ज़्यादा दिक्कतां आउंदियां ने काइंड ऑफ बहुत सारियां चीज़ां इहो जिहियां होंदियां ने अपनी इंडस्ट्री हैगी मेल डोमिनेटिंग ओनियां की सिंगर्स ने ओनियां की एक्ट्रेस ने जिन्हां दे असीं पोटियां दे नाल लै सकदे हां है ना सो ਤੁਹਾਨੂੰ ਮੈਂ ਪੁੱਛੂੰਗੀ ਕਿ ਤੁਹਾਨੂੰ ਕਿੰਨੀਆਂ ਕੁ ਮੁਸ਼ਕਲ ਆਈਆਂ ਜਾਂ ਨਹੀਂ ਆਈਆਂ ਆਈਆਂ ਜਾਂ ਤੁਹਾਡੀ ਮਿਹਨਤ ਸੀ ਤੁਹਾਡੇ 'ਚ ਟੈਲੈਂਟ ਸੀ ਜਾਂ ਕਿਸਮਤ ਨੇ ਵੀ ਨਾਲ ਹੀ ਸਾਥ ਦਿੱਤਾ ਸੀ ਆਈ ਵੁੱਡ ਸੇ ਦੈਟ ਕਿਸਮਤ ਨੇ ਕਾਫੀ ਸਾਥ ਦਿੱਤਾ ਆਫਟਰ ਏਕਮ ਐਂਡ ਇਟ ਵਾਸ ਵਨ ਆਫਟਰ ਦੀ ਅਦਰ ਉਹ ਸਭ ਸੀ ਬਟ ਆਈ ਡੂ ਫੀਲ ਕਿ ਤੁਹਾਨੂੰ ਬੀਇੰਗ ਅ ਵੂਮਨ ਥੋੜ੍ਹਾ ਜਿਹਾ ਐਕਸਟਰਾ ਕਰਨਾ ਪੈਂਦਾ ਜਾਂ ਫਿਰ ਐਕਸਟਰਾ ਲੜਨਾ ਪੈਂਦਾ ਵੈਨ ਇਟ ਕਮਸ ਟੂ ਦ ਕ੍ਰੈਡਿਟ ਪਾਰਟ ਆਫ ਥਿੰਗਸ ਯੂ ਨੋ ਦ ਡਿਊ ਕ੍ਰੈਡਿਟ ਦੈਟ ਯੂ ਡਿਜ਼ਰਵ ਫੋਰ ਦ ਵਰਕ ਯੂਵ ਡਨ ਉਹਦੇ ਲਈ ਲੜਨਾ ਪੈਂਦਾ ਹੈ ਬਾਕੀ ਜਦੋਂ ਤੁਸੀਂ ਫਿਲਮ ਵਿੱਚ ਐਕਟਿੰਗ ਕਰ ਰਹੇ ਹੁੰਦੇ ਆ ਯੂਵ ਗਿਵਨ ਦ ਜੋਬ ਟੂ ਡੂ ਯੂ ਗਿਵਨ ਯੂਵ ਬੀਨ ਗਿਵਨ ਦ ਸਕ੍ਰਿਪਟ ਸੋ ਯੂ ਸਟਿਕ ਟੂ ਦ ਸਕ੍ਰਿਪਟ ਐਂਡ ਯੂ ਟੇਕ ਇਟ ਫਰੋਮ ਦੇਅਰ ਇੰਪਰੋਵਾਈਜ਼ ਦ ਬੈਸਟ ਯੂ ਕੈਨ ਡੂ ਬਟ ਵੈਨ ਇਟ ਕਮਸ ਟੂ ਦ ਟਾਈਮ ਆਫ appreciation of course we have from the fans but when it comes to the promotional part of things you have to really fight for it that I want to be a part of this in a big way because I am also a part of the project that's the only thing that I've really genuinely had to fight for अच्छा तुसी यूके दे विच हो ना ते यूके दी पंजाबी थोड़ी डिफरेंट हुंदी आ अपनी इधरली पर्टिकुलर पंजाबी हुंदी ते पहला ए भी थोड़ी दिक्कत आई सी पंजाबी दे विच जदों तुसी पहली मूवी कीती सी कुछ इदां दा सीगा मैनू लगदा मैनू हजे भी कदे कदे आ जांदी आ दिक्कत बिकॉज़ ऑब्वियसली पूरी फैमिली इंग्लैंड विच है एंड उन्हां नाल मेरी गलबात चलदी रहिंदी तो ओ एनआरआई टच तो यू कांट हेल्प वेयर यू बीन ब्रॉट अप राइट सो इवन जदों मैं इंग्लिश विच गल करदी आ मैं बहुत कॉन्शियसली गल करदी आ कि मैं ਮੇਰੀ ਸਮਝ ਤਾਂ ਆ ਜਾਵੇ ਇਨਸਾਨ ਨੂੰ ਕਿ ਮੈਂ ਕੀ ਕਹਿ ਰਹੀ ਹਾਂ ਤਾਂ ਕਿ ਜ਼ਿਆਦਾ ਐਕਸੈਂਟ ਵਿੱਚ ਨਾ ਚਲੇ ਜਾਵਾਂ ਯੂ ਨੋ ਪੰਜਾਬੀ ਵਿੱਚ ਵੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਉਹ ਜ਼ਿਆਦਾ ਐਕਸੈਂਟਡ ਨਾ ਹੋਵੇ ਸੋ ਮੈਂ ਕੌਂਸ਼ੀਅਸਲੀ ਕੋਸ਼ਿਸ਼ ਕਰਦੀ ਹਾਂ ਕਿ ਸਾਫ ਸਫਾਈ ਨਾਲ ਗੱਲ ਕਰਾਂ ਮੈਨੂੰ ਆਪ ਪਤਾ ਨਹੀਂ ਲੱਗਦਾ ਕਿ ਮੇਰੀ ਜ਼ੁਬਾਨ ਵਿੱਚ ਕਦੋਂ ਐਕਸੈਂਟ ਆਉਂਦਾ ਹੈ ਅਤੇ ਕਦੋਂ ਨਹੀਂ ਦੂਸਰੇ ਮੈਨੂੰ ਦੱਸ ਦਿੰਦੇ ਆ ਸੋ ਕਦੀ ਮਤਲਬ ਜਿੱਦਾਂ ਕੋਈ ਪਰਟੀਕੁਲਰ ਹੁਣ ਜਿੱਦਾਂ ਤੁਹਾਡੀ ਰੱਬ ਦਾ ਰੇਡੀਓ ਮੂਵੀ ਆਈ ਹੈ ਤੁਸੀਂ ਹੋਰ ਵੀ ਪੁਰਾਣੀ ਅਰਦਾਸ ਟਿਪੀਕਲ ਪੰਜਾਬੀ ਮੂਵੀਆਂ ਨੇ ਇਹ ਹੈ ਨਾ ਤਾਂ ਉਹਦੇ 'ਚ ਕੋਈ ਟਿਪੀਕਲ ਇਹੋ ਜਿਹਾ ਡਾਇਲੋਗ ਜਿਹੜੇ ਤੁਸੀਂ ਬਾਰ ਬਾਰ ਅੜ ਗਏ ਹੋਵੋ ਯਾਰ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਹੈਗਾ ਕੁਛ ਇੱਦਾਂ ਦਾ ਹਾਲੇ ਤੱਕ ਤਾਂ ਨਹੀਂ ਵਾਹਿਗੁਰੂ ਦੀ ਕਿਰਪਾ ਹੈ ਤਾਂ ਇੱਦਾਂ ਹੀ ਵਾਹਿਗੁਰੂ ਮੇਰ ਰੱਖੇ ਮੇਰੇ 'ਤੇ ਕਿ ਮੈਂ ਅੜਾ ਨਾ ਡਿਊਰਿੰਗ ਮਾਈ ਡਾਇਲੋਗਸ ਆਈ ਐਮ ਜੈਨੂਅਲੀ ਮੀਨ ਦੈਟ ਹਾਲੇ ਤੱਕ ਤਾਂ ਨਹੀਂ ਹੋਇਆ ਯੂਜਲੀ ਕਿਉਂਕਿ ਜਦੋਂ ਮੈਂ ਪਰਫੋਰਮ ਕਰ ਰਹੀ ਹੁੰਦੀ ਹਾਂ ਤਾਂ ਆਈ ਥਿੰਕ I feel very blessed. Sometimes I feel like aap hi ho raha hai, you know, andaron bas aap hi aa raha hai. So, yeah, right now I'm okay. Acha 7 saal de vich tusi inniya movies kitiyan na, tusi Tamil movie vi kiti, Punjabi kafi kitiyan, Ardaas, Ekam, hun Rabb da Radio, matlab kind of kafi subjective movies hun tusi chun rahe ho, hai na? ਤੇ ਇਹਨਾਂ ਮਤਲਬ ਕਮਰਸ਼ੀਅਲ ਤੋਂ ਥੋੜ੍ਹਾ ਜਿਹਾ ਹਟ ਕੇ ਹੋ ਜਾਂਦੀਆਂ ਨੇ ਚੀਜ਼ਾਂ ਸੋ ਇਹ ਖੁਦ ਦੀ ਚੋਇਸ ਆ ਕਿ ਸਬਜੈਕਟਿਵ ਮੂਵੀਜ਼ ਬਣਾਉਣੀਆਂ ਚਾਹੀਦੀਆਂ ਨੇ ਖੁਦ ਦੀ ਚੋਇਸ ਦੇ ਨਾਲ ਜੋ ਵੀ ਸਬਜੈਕਟ ਸਿਲੈਕਟ ਕਰਦੀ ਹਾਂ ਮੈਂ ਅੱਜ ਤੱਕ ਕਿਸੇ ਦੀ ਨਹੀਂ ਸੁਣੀ ਕਿ ਆਹ ਕਰੋ ਆਹ ਨਾ ਕਰੋ ਇਨ ਟਰਮਸ ਆਫ ਦ ਮੂਵੀ ਸਿਲੈਕਸ਼ਨ ਸੋ ਮੈਨੂੰ ਏਕਮ ਦਾ ਮੁੱਦਾ ਬਹੁਤ ਵਧੀਆ ਲੱਗਿਆ ਮੇਰੀ ਡੈਬੀ ਮੂਵੀ ਕਿਉਂਕਿ ਉਹ ਫਾਰਮਰਸ ਦੇ ਉੱਪਰ ਸੀਗੀ ਜਿਹੜੇ ਫਾਰਮਰਸ ਡੈਟ ਕਰਕੇ ਦੇ ਯੂਜ਼ ਟੂ ਕਮਿਟ ਸੁਇਸਾਈਡ ਮਿਰਜ਼ਾ ਸਾਹਿਬਾ ਤਾਂ ਡ੍ਰੀਮ ਰੋਲ ਸੀ ਮੇਰਾ ਸਾਹਿਬਾ ਹੀਰੀਆਂ ਲੈਲਾ ਯੂ ਨੋ ਵਨ ਆਫ ਦ ਟਿਪੀਕਲ
Romeo and Juliet kind of love stories. And then I wanted to do comedy after that. Then I wanted to do a love story. Then I wanted to do something serious. Then I wanted to do a family drama. Isi sequence which many movies offer hoi hain. And usto alawa bhi kaafi movies offer hoi hain jinhan nu main obviously mana kar deta kyunki mainu lagya ke subject wise I am not one to judge ke keda bahut vadhiya tha keda nahi, but main जे कैरेक्टर दे नाल मैनू खुद नू प्यार नहीं है या मैं खुद रिलेट नहीं कर सकती तो मैं फिर जस्टिफाई नहीं कर पाउणा. सो मैं वो कदे भी सब्जेक्ट सो फार नहीं चुनिया या किरदार वो नहीं चुनिया जिस दे नाल मैनू खुद प्रेम ना होवे या फिर खुद एक लगाव ना होवे. सो या अब ब्रेक ले लिया थे. हाँ जी चलो इतने रुक रहे छोटी सी ब्रेक पे लाई. ब्रेक तो बाद थोड़ा स्वागत है ते ब्रेक तो बाद मैंडी थोड़ा भी स्वागत है. थैंक यू. ग्रीन टी पीती? काफी काफी पी ली. बढ़िया लगी. हां जी एक्चुअली जो भी इतने आंदा ना मैंने सारे मेरे सारे इंटरव्यूज दे विच ब्रेक तो बाद ए चीज हुंदी है कि तुसी ग्रीन टी पीती. ओ इस करके क्योंकि अपने घर जो भी कोई गेस्ट आंदा ना बार-बार उन्हें पूछ रहे तुसी खा पी लिया ना. एग्जैक्टली यही तो खासियत है अपने पंजाबी आओ भगत द बेस्ट. मैं अपने मॉम तो सीखा कोई भी आएगा साडे घर मेनू तो चाह चढ़ जांदा सी बिकॉज़ आई एम लाइक हाय हुण तां समोसे बर्फी कोक कोक दी ग्लासी सारा कुछ निकलना बाहर. अच्छा मैं तुसी किन्ने फूडी हो? बहुत ज्यादा लाइक बहुत ज़्यादा. मैं कह ही रही थी कि मैं सारिया एक्टर्स नू मिलती हाँ एक्टर्स एंड एक्ट्रेसेस एंड मैं बहुत उन्होंने देख के होंगे कि क्या बहुत वधिया होंगे ने ये एक्टर्स जो प्रॉपरली करते ना डाइटिंग वगैरह. मैं ना कदे कीती है तो मैं ये नहीं कह रही कि मैं नहीं कदे नहीं कीती. मैं ना बहुत बहुत लिमिटेड कीती है डाइटिंग. मैं तो दो दिन तो ज्यादा नहीं हुंदी पर हुण मैं माड़ा जिहा चूज कीता डिटॉक्स प्लान दो हफ्तियां वास्ते जो अच्छा जिम मैं, जिम जिम जांदे हो? मैं जो मन करे चले जांदी हुंदी हां जां तां इदां करना कि दो तीन महीने बहुत ज्यादा लगातार जिम जाना. पर मैनूं तुसीं इस मूवी दे विच थोड़ा जिहा लगे हो फेस तो भी रब दा रेडियो दे विच ना पतले के मोटे. हां पतले 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 या हमेशा इंसान ना मोटा पतला मोटा पतला ओही हुंदा रहिंदा. हुण मैं बस जो हैगी सो हैगी. किसे मूवी दे विच हुण तक किसे डायरेक्टर ने कहा नहीं कि मैं? सारे कहंदे आ सारे कहंदे आ मैनूं डायरेक्टर्स प्रोड्यूसर्स एक्टर्स एक्ट्रेसेस सारे कहंदे आ कि तू ना फॉर बीइंग एन एक्टर यू आर वेरी फैट. सारे कहंदे मैनूं. हुण मैं पहला मैं थोड़ा जिहा अपसेट हो जांदी सी हुण मैनूं फर्क नहीं पैंदा इन्ना. अच्छा मैडम तुसी सोशली बहुत ज्यादा एक्टिव रहंदे हो है ना. मैं तुहाडा उदो पेज दे विच आई थिंक सो लास्ट ईयर दी गल आ तुसी रिफ्यूजी कैंपस गए सी कि खालसा एड जिथे इराक ते सीरिया दे कोल है ना. मतलब ओ किदा मतलब दिलो थानू ओ चीजां करके मतलब किदा खुशी हुंदी है या मतलब लगदा है कि भी ओ चीजां करन एंड उत्तर जाना इराक एंड सीरिया दे. मैं रवि सिंह नु कांटेक्ट कीता सीगा उहनां नु. मैं बहुत उहनां दी रिस्पैक्ट कर दी हाँ फॉर द वर्क इज़ डूइंग फॉर पीपल इन इराक एंड सीरिया क्योंकि उत्थे किसी की जान की इन्नी हिम्मत नहीं हैगी कंपेयर टू उत्थे की हो रहा है. मैं उन्होंने कॉन्टैक्ट किया से तो मैं उन्होंने पूछा से कि मैं थोड़ा ना प्रमोट करना चाहती हाँ या फिर पंजाब विच खास करके मेरा एक होल्ड है आप ज्वाइन करते हैं कुछ वधिया करते हैं इकट्ठे. सो उन्होंने कहा से मैं इराक जा रहा हूँ तो आना है. मैं बस उसका क्या चलते हैं यू नो. मैंने लगे कि हम पूछा तो मना नहीं होना मेरे तो एंड फिर मैं गई उन्होंने बहुत वधिया लगे मैं रेफ्यूजी कैंप्स जाके बिकॉज वधिया नालों डर बहुत लग गया तो वापस आके खुशी बहुत हुई कि डर लगते लगते ही इन्ना ब्रेव काम सतो हो गया है तो इन्ने ब्रेव लोग ने इस दुनिया में वापस आके बस अपने रूम का स्विच ऑन करना है मेरे लिए बहुत वड्डी गल सी कि यू नो बॉम्बे बहुत मैं बॉम्बे रहती हाँ या फिर इंग्लैंड अपने पेरेंट्स को एंड बहुत वधिया लग्या कि बॉम्बे बहुत सेफ है सेफ सिटी है कंपेयर टू इराक एंड सीरिया. सो ग्रेट थैंक यू. मैनूं उदों बड़ी खुशी होई सीगी देख के एक्चुअली ना भी मैं मतलब पहला जदों फोटो देखी सी ना तुहाडी जदों तुसीं कहा सी कि मैं उत्थे मैं एंड मेरा मूँह इदां सी वाओ क्योंकि अपने इधरले जाते नहीं है एक्चुअली एंड उस साइड पर जाना जाना तो वैसे ही थोड़ा जहा उदा है औखा जहा काइंड ऑफ बस हो गया आप ही हो गया. सो अच्छा मैंडी दा हुण तक दा कोई ड्रीम रोल जिहड़ा हुण तक नहीं कीता इन्हां सत्त सालां दे विच ते जिहड़ा करना चाहुंदी हो? There is no such dream role because in terms of ke like jinna ne kaam kita jehdi vi movie vich kita vadhiya kita je main socha ta main kuch idda da karna chahwangi like jo main nahi kita pehla that would be a dream role for me every time. So maybe something like action ya fir I don't know something that I'm just not done. Action kita nahi. So dream role would be to do a kick ass action.
ਅੱਛਾ ਮੈਂਡੀ ਜਿਹੜੇ ਕਾਈਂਡ ਆਫ ਜਿੱਦਾਂ ਸਲੈਬਸ ਹੁੰਦੇ ਨੇ ਤੁਸੀਂ ਉਹ ਸੈਲੀਬ੍ਰਿਟੀ ਹੋ ਹਨਾ ਐਕਟਰਸ ਨੇ ਚਾਹੇ ਉਹ ਸਿੰਗਰਸ ਨੇ ਉਹ ਜਿੱਦਾਂ ਕੈਮਰੇ ਦੇ ਪਿੱਛੇ ਹੁੰਦੇ ਨੇ ਜਾਂ ਕੈਮਰੇ ਦੇ ਅੱਗੇ ਹੁੰਦੇ ਨੇ ਸੇਮ ਹੁੰਦੇ ਨੇ ਕਿ ਬਹੁਤ ਡਿਫਰੈਂਸ ਹੁੰਦਾ ਆ ਯੂ ਨੋ ਮੈਨੂੰ ਮੈਂ ਇਹੀ ਤੁਹਾਨੂੰ ਗੱਲ ਕਹਿਣ ਦੀ ਕੋਸ਼ਿਸ਼ ਕਰੀ ਸੀ ਕਿ ਹਜੇ ਮੈਂ ਬਹੁਤ ਕੁਝ ਸਿੱਖਣਾ ਹੈ ਤੇ ਇੱਕ ਗੱਲ ਮੈਂ ਇਹ ਸਿੱਖਣੀ ਹੈ ਕਿ ਆਈ ਥਿੰਕ ਆਈ ਐਮ ਨੋਟ ਅ ਵੈਰੀ ਗੁੱਡ ਜੱਜ ਆਫ ਕੈਰੈਕਟਰ ਮੈਨੂੰ ਇਹੀ ਹੁੰਦਾ ਕਿ ਜਿੱਦਾਂ ਮੈਂ ਸੋਚ ਰਹੀ ਹਾਂ ਉੱਦਾਂ ਹੀ ਦੂਸਰਾ ਇਨਸਾਨ ਸੋਚ ਰਿਹਾ ਹੈ ਜੇ ਮੈਂ ਵਧੀਆ ਸੋਚ ਰਹੀ ਹਾਂ ਯੂ ਨੋ ਅਗਲਾ ਵੀ ਵਧੀਆ ਸੋਚ ਰਿਹਾ ਜਾਂ ਮੈਂ ਮਾੜਾ ਸੋਚ ਰਹੀ ਹਾਂ ਤਾਂ ਅਗਲਾ ਵੀ ਮਾੜਾ ਸੋਚ ਰਿਹਾ ਇਟ ਡਿਪੈਂਡਸ ਔਨ ਯੋਰ ਲੈਵਲ ਆਫ ਕੌਨਸ਼ੀਅਸਨੈਸ ਆਈ ਹੈਵਨਟ ਆਈ ਐਮ ਵੈਰੀ ਆਈ ਵੁੱਡ ਸੇ ਇਨਸੈਂਟ ਵੈਨ ਇਟ ਕਮਸ ਟੂ ਅੰਡਰਸਟੈਂਡਿੰਗ ਹਿਊਮਨਸ ਲਾਈਕ ਦਿਸ ਪਰ ਆਈ ਐਮ ਨੋਟ ਸੋ ਇਨਸੈਂਟ ਵੈਨ ਇਟ ਕਮਸ ਟੂ ਅੰਡਰਸਟੈਂਡਿੰਗ ਹਿਊਮਨ ਇਮੋਸ਼ਨਸ Do you understand the difference? Like if you tell me ke dard ki cheez hai ya fir pyar ki cheez hai main thonu bahut changi tarah dikha sakdi ha te explain kar sakdi ha jo mere mutabik oh cheezan ne par mainu kade vi eh pata nahi lagega ke samne wala mainu hun nafrat kar reha ke mainu pyar kar reha and I think ode vich ek khoobsurti hai ke I'm not that let's say conniving in a way that I can figure these things out mainu idda hi lagda hunda ki sare change ha tusi sareyan da changa karo thoda changa karange and you know like everyone's friends acha mandy thonu awards vi mil chuke ne best supporting actress youth icon jadon oh awards li tusi nominate hoye si kede award jada ptc da hoya si ਮੈਨੂੰ ਖੁਸ਼ੀ ਨਹੀਂ ਹੋਈ ਸੀ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਪਲੀਜ਼ ਤੁਸੀਂ ਕੱਢ ਦਿਓ ਅਵਾਰਡ ਕੈਟੇਗਰੀ 'ਚੋਂ ਬਿਕੋਜ਼ ਮੈਨੂੰ ਸਪੋਰਟਿੰਗ ਬੈਸਟ ਸਪੋਰਟਿੰਗ ਐਕਟਰੈਸ ਦਾ ਉਹਨਾਂ ਨੇ ਦਿੱਤਾ ਸੀਗਾ ਅਵਾਰਡ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਮੂਵੀ ਵਿੱਚ ਸਪੋਰਟਿੰਗ ਐਕਟਰੈਸ ਦਾ ਕੰਮ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਮੈਂ ਮੇਨ ਲੀਡ ਦਾ ਜੋ ਮੈਨੂੰ ਦੱਸਿਆ ਵੀ ਗਿਆ ਸੀ ਕਿ ਮੇਨ ਲੀਡ ਦਾ ਕੰਮ ਕੀਤਾ ਸੋ ਯੂ ਨੋ ਇਫ ਯੂ ਲੁੱਕ ਐਟ ਦ ਫਿਲਮ ਐਜ਼ ਵੈਲ ਤਾਂ ਇੱਦਾਂ ਹੀ ਕੁਛ ਹੈ And idani I love you know Neeru ji and Diljit ji I would never say anything against them bahut hi badhiya te mere naal senior kalakar ne dono jane par main jo films kita mainu ya ta fir usi category vich nominate karo ya fir na karo so unna ne mainu nomination vichon nahi kadya main awards te gayi vi nahi kyunki main us time Iraq si par main award le le mainu pahunch gaya mere kol te main apne father nu de ditta te main kya eh tusi rakho and jadon ਬੈਸਟ ਐਕਟਰਸ ਦਾ ਮਿਲੇਗਾ ਜੇ ਮਿਲਿਆ ਤੇ ਉਹ ਮੈਂ ਰੱਖ ਲਾਂਗੀ ਬੈਸਟ ਐਕਟਰਸ ਦਾ ਮਿਲਿਆ ਬੈਸਟ ਐਕਟਰਸ ਦਾ ਮਿਲਿਆ ਨਹੀਂ ਅਵਾਰਡ ਨੋਮੀਨੇਸ਼ਨਸ ਮਿਲੇ ਨੇ ਬਟ ਆਇਆ ਮਿਲਿਆ ਨਹੀਂ ਪਰ ਹੁਣ ਮੈਨੂੰ ਇੰਨਾ ਨਹੀਂ ਹੁੰਦਾ ਅਵਾਰਡਸ ਦਾ ਇਨ ਦ ਸੈਂਸ ਕਿ ਲਾਈਕ ਅੱਛਾ ਹਾਂ ਇਹ ਵੀ ਚੀਜ਼ ਇੱਥੇ ਮੈਂ ਪੁੱਛਣੀ ਆ ਕਿ ਕਿਉਂਕਿ ਮੈਨੂੰ ਕਦੇ ਕਦੇ ਤੁਹਾਡੇ ਲਈ ਅਵਾਰਡ ਕੀ ਆ ਕਿ ਜਦੋਂ ਲੋਕ ਮਿਲ ਕੇ ਤੁਹਾਨੂੰ ਕਹਿਣ ਕਿ ਯਾ ਮੈਂਡੀ ਤੂੰ ਕੰਮ ਬਹੁਤ ਵਧੀਆ ਕੀਤਾ ਉਸ ਫਿਲਮ 'ਚ ਜਾਂ ਇੱਕ ਸੀ ਸੱਚੀ 'ਚ ਤੁਹਾਨੂੰ ਇੱਕ ਫੜਾ ਦਿੰਦੇ ਨੇ ਅਵਾਰਡ ਕਿ ਇਹ ਤੁਹਾਡਾ ਕੰਮ ਦਾ ਕਹਿ ਲਓ ਕਿ ਇੱਕ ਮਿਹਨਤ ਦਾ ਫਲ ਇਨ ਇਨ ਦਿਸ ਇਨ ਅ ਵੇ ਲਾਈਕ ਵਧੀਆ ਲੱਗਦਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਅਸੀਂ ਕੋਈ ਰੇਸ ਜਿੱਤਣੀ ਜਾਂ ਕੁਝ ਵੀ ਕਰਨਾ ਫਿਰ ਬਾਅਦ ਵਿੱਚ ਸਟੇਜ ਤੇ ਜਾਣਾ ਤਾਂ ਸਾਨੂੰ ਟਰੋਫੀ ਮਿਲਣੀ ਹਨਾ ਤਾਂ ਫਿਰ ਤੁਸੀਂ ਟਰੋਫੀ ਘਰ ਲੈ ਕੇ ਜਾਂਦੇ ਸੀ ਮਮ ਡੈਡ ਲੁੱਕ ਕੀ ਜਿੱਤਿਆ ਸੋ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੇਰੇ ਫਾਦਰ ਦੇ ਚਿਹਰੇ ਤੇ ਮੁਸਕਰਾਹਟ ਸੀ ਹਾਲਾਂਕਿ ਮੈਂ ਦੁਖੀ ਸੀ ਅੰਦਰੋਂ ਕਿ ਮੈਨੂੰ ਸਪੋਰਟਿੰਗ ਐਕਟਰਸ ਦਾ ਕਿਉਂ ਦਿੱਤਾ ਕਿਉਂਕਿ ਆਈ ਫੈਲਟ ਇਟ ਵਾਜ਼ ਅਨਫੇਅਰ ਓਕੇ ਪਰ ਜਦੋਂ ਉਹ ਖੁਸ਼ ਸੀਗੇ ਇਸ ਅਵਾਰਡ ਦੇ ਨਾਲ ਫਿਰ ਆਈ ਵਾਜ਼ ਲਾਈਕ ਚਲੋ ਠੀਕ ਹੈ ਜੋ ਹੋਇਆ ਵਧੀਆ ਹੀ ਹੋਇਆ ਕਿਤੇ ਨਾ ਕਿਤੇ ਇਹ ਇਨਕਰੇਜਮੈਂਟ ਹੁੰਦੀ ਹੈ ਇੱਕ ਕਲਾਕਾਰ ਵਾਸਤੇ ਕਿ ਹਾਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਅਤੇ ਇੰਡਸਟਰੀ ਤੁਹਾਨੂੰ ਓਨਰ ਕਰ ਰਹੀ ਹੈ ਅਤੇ ਕਿਤੇ ਨਾ ਕਿਤੇ ਜਦੋਂ ਇਹ ਕਦੇ ਕਦੇ ਗੱਲਾਂ ਮੈਨੂੰ ਲੱਗਦੀਆਂ ਕਿ ਇਹ ਗੱਲ ਵੀ ਹੁੰਦੀ ਹੈ ਨਾ ਕਿ ਅਵਾਰਡਸ ਫਿਕਸਡ ਹੁੰਦੇ ਨੇ ਜਾਂ ਫਿਰ ਜਿਹੜਾ ਪਰਫੋਰਮ ਕਰੇਗਾ ਜਾਂ ਫਿਰ ਜਿਹੜਾ ਆ ਕਰੇਗਾ ਜਿਹੜਾ ਉਹ ਕਰੇਗਾ ਉਹਨੂੰ ਅਵਾਰਡ ਮਿਲੇਗਾ ਜੇ ਮੈਨੂੰ ਪਤਾ ਨਹੀਂ 100% ਕਿ ਇਹ ਗੱਲ ਸੱਚ ਹੈ ਕਿ ਨਹੀਂ ਕਿਉਂਕਿ ਮੇਰੇ ਲਈ ਤਾਂ ਕੋਈ ਉਹ ਫਿਕਸ ਨਹੀਂ ਸੀਗਾ ਕਿਉਂਕਿ ਮੈਂ ਤਾਂ ਗਈ ਵੀ ਨਹੀਂ ਓਕੇ ਬਟ ਜੇ ਇੱਦਾਂ ਦੀਆਂ ਗੱਲਾਂ ਹੁੰਦੀਆਂ ਫਿਰ ਤਾਂ ਮੈਨੂੰ ਲੱਗਦਾ ਕਿ ਨੋ ਦਿਸ ਇਜ਼ ਨੋਟ ਗੁੱਡ ਬਿਕੋਜ਼ ਵਾਟਸ ਅ ਪੁਆਇੰਟ ਦੈਨ ਹੈਨਾ ਜੋ ਇਨਸਾਨ ਡਿਜ਼ਰਵਿੰਗ ਹੈ ਠੀਕ ਹੈ ਹੋਣ ਨਾ ਹੋਣ ਇਟਸ ਓਕੇ ਓਕੇ ਹੁਣ ਆਪਾਂ ਖੇਡਾਂਗੇ ਛੋਟੀ ਜਿਹੀ ਗੇਮ Oh my god. Te allo phado ek hari mirch. Thank you. Te ek phadange tanu main phadoni aa lal mirch. Okay. ਇਹਦੇ ਵਿੱਚ ਨਾ ਤੁਸੀਂ ਕੈਮਰੇ ਦੇ ਅੱਗੇ ਮੈਂ ਕੁਝ ਆਪਣੇ ਇਸ ਇੰਡਸਟਰੀ ਦੇ ਵਿੱਚ ਮੁੰਡਿਆਂ ਦੇ ਨਾਮ ਲਊਂਗੀ ਓਕੇ ਓ ਗੋਡ ਤੇ ਉਹਦੇ ਚ ਤੁਹਾਨੂੰ ਪਤਾ ਲੱਗ ਹੀ ਗਿਆਣਾ ਹੌਟਲੀ ਤੁਸੀਂ ਕਰੋਗੇ ਰੈੱਡ ਮਿਰਚ ਉੱਪਰ ਤੇ ਨੋਟ ਹੌਟ ਜਾਂ ਤੁਹਾਨੂੰ ਨਹੀਂ ਯਾਰ ਹੈ ਨਹੀਂ ਉਹਦੇ ਲਈ ਲਾਲ ਹਰੀ ਮਿਰਚ ਓਕੇ ਓਕੇ ਆਈ ਹੇਟ ਥੀਸ ਗਿੱਪੀ ਗਰੇਵਾਲ ਚੰਗੀ ਤਰ੍ਹਾਂ ਸ਼ੈਰੀਮਾਨ ਦਿਲਜੀਤ ਦੋਸਾਂਝ
ਐਦਾਂ ਨਹੀਂ ਵੀ ਜਿਹੜਾ ਸੱਚੀ ਚ ਤੁਹਾਨੂੰ ਹੌਟ ਲੱਗਦਾ ਹੈ ਕਿਉਂਕਿ ਤੇ ਸਾਰੇ ਨਾ ਬੜੇ ਓਨੈਸਟਲੀ ਇਸ ਗੇਮ ਨੂੰ ਖੇਡਦੇ ਆ ਆਮ ਬੀਇੰਗ ਓਨੈਸਟ ਮੈਂ ਇਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਵੀ ਦੱਸਣੀ ਆ ਉਸ ਖਾਸ ਕਰਕੇ ਤੁਹਾਡੇ ਲਈ ਆ ਇਸ ਕਰਕੇ ਦੁਬਾਰਾ ਤੋਂ ਠੀਕ ਹੈ ਗਿੱਪੀ ਗਰੇਵਾਲ ਸ਼ੈਰੀਮਾਨ ਦਿਲਜੀਤ ਦੋਸਾਂਝ ਅਮਰਿੰਦਰ ਗਿੱਲ ਯਾਰ ਇਦਾਂ ਨਹੀਂ ਆ ਮੈਂ ਪਰ ਮੈਨੂੰ ਸੱਚ ਤੁਸੀਂ ਨਾਮ ਹੀ ਉੱਤੋਂ ਦੇ ਲੈ ਰਹੇ ਹੋ ਲਾਈਕ ਚੁਣ ਚੁਣ ਕੇ ਨਾਮ ਵੀ ਮੈਨੂੰ ਸੋਚ ਰਹੇ ਪੈਂਦੇ ਮੈਂ ਚੁਣ ਚੁਣ ਕੇ ਨਾਮ ਮੈਨੂੰ ਹੈਗੇ ਨੇ ਸਾਰੇ ਹੌਟ ਕਮ ਅੱਛਾ ਯਾਰ ਸੇਮ ਜਸਰ ਅੱਛਾ ਬੱਬੂ ਮਾਨ ਯਾਰ ਇਹ ਤਾਂ ਗਲਤ ਹੈ ਤੁਸੀਂ ਦਿਲੋਂ ਖੇਡ ਹੀ ਨਹੀਂ ਰਹੇ ਗੇਮ ਨੂੰ ਮੈਂ ਦਿਲੋਂ ਹੀ ਖੇਡ ਰਹੀ ਹਾਂ ਮੈਂ ਇਹੀ ਤੁਹਾਨੂੰ ਗੱਲ ਕਹਿ ਰਹੀ ਸੀ ਕਿ ਮੈਂ ਕਿਸੇ ਵਿੱਚ ਮਾੜਾ ਦੇਖਦੀ ਨਹੀਂ ਜਾਂ ਕੋਸ਼ਿਸ਼ ਕਰਦੀ ਹਾਂ ਕਿ ਮਾੜਾ ਦੇਖਾਂ ਨਾ ਸਾਰੇ ਹੀ ਹੌਟ ਨੇ ਗੋਡ ਬਲੈਸ ਦਮ ਬੱਬੂ ਮਾਨ ਹਨੀ ਸਿੰਘ ਸਾਰੇ ਹੌਟ ਆ ਥੈਂਕ ਯੂ ਸੋ ਮਚ ਮਤਲਬ ਹਰੀ ਤਾਂ ਮੈਨੂੰ ਲਿਆਣੀ ਨਹੀਂ ਸੀ ਚਾਹੀਦੀ ਯਾਰ ਨਹੀਂ ਪਰ ਮੈਂ ਕਿਸੇ ਦਾ ਕਦੇ ਵੀ ਦਿਲ ਨਹੀਂ ਦਿਖਾਉਣਾ ਚਾਹਾਂਗੀ ਮੈਂ ਕਦੇ ਵੀ ਕਿਸੇ ਦੇ ਬਾਰੇ ਸਪੈਸ਼ਲੀ ਔਨ ਕੈਮਰਾ ਨੈਗੇਟਿਵ ਨਹੀਂ ਕਰਾਂਗੀ ਐਂਟਰਟੇਨਮੈਂਟ ਵਾਸਤੇ ਨਹੀਂ ਯਾਰ ਮੈਨੂੰ ਜੇ ਕੋਈ ਨਾ ਮੇਰੇ ਤੇ ਜੇ ਕੋਈ ਹਰੀ ਮਿਰਚ ਕਰਦਾ ਨਾ ਇਸ ਸ਼ੋਅ ਤੇ ਮੈਨੂੰ ਫੋਨ ਕਰਦੀ ਕਿ ਤੁਸੀਂ ਮੈਂ ਤੁਹਾਨੂੰ ਹੁਣ ਦੱਸਣਾ ਪਲੀਜ਼ ਤੁਹਾਡੇ ਲਈ ਇੱਕ ਕੰਪਲੀਮੈਂਟ ਮੈਂ ਇੰਨਾ ਵਧੀਆ ਦੱਸਣਾ ਸੀ ਮੈਂ ਤੁਹਾਨੂੰ ਦੱਸਣਾ ਨਹੀਂ ਆ ਔਨ ਕੈਮਰਾ ਪਲੀਜ਼ ਦੱਸ ਦੋ ਤੁਸੀਂ ਗੇਮ ਚੰਗੀ ਤਰ੍ਹਾਂ ਖੇਡੀ ਨਹੀਂ ਅੱਛਾ ਪਰ ਇਹ ਲੋਕ ਬਾਕੀ ਹੌਟ ਨੇ ਸਾਰੇ ਅੱਛਾ ਤੁਹਾਡੇ ਲਈ ਹੁਣ ਕੰਪਲੀਮੈਂਟ ਪਤਾ ਕੀ ਸੀਗਾ ਕਿ ਹੁਣ ਤੱਕ ਮੈਂ ਜਿੰਨੇ ਜਣਿਆਂ ਨੂੰ ਵੀ ਇੱਥੇ ਮੁੰਡਿਆਂ ਨੂੰ ਬੁਲਾਇਆ ਨਾ ਸਾਰਿਆਂ ਨੇ ਤੁਹਾਡੇ ਲਈ ਰੈੱਡ ਮਿਰਚ ਕੀਤੀ ਸੀ ਥੈਂਕ ਯੂ ਇੱਕ ਗੇਮ ਆਪਾਂ ਹੋਰ ਖੇਡਾਂਗੇ ਹਾਂਜੀ ਉੱਚ ਮੈਂ ਕੁੜੀਆਂ ਦੇ ਨਾਮ ਲਉਂਗੀ ਆਪਣੇ ਇੰਡਸਟਰੀ ਵਿੱਚ ਉਹਨਾਂ ਨੂੰ ਤੁਸੀਂ ਡਿਸਕ੍ਰਾਈਬ ਕਰਨਾ ਸਿਰਫ ਇੱਕ ਸ਼ਬਦ ਦੇ ਵਿੱਚ ਠੀਕ ਹੈ ਵਾਹਿਗੁਰੂ ਨੀਰੂ ਬਾਜਵਾ ਡੈਡੀਕੇਟਿਡ ਸਿੰਮੀ ਚਾਹਲ ਪ੍ਰੋਮਿਸਿੰਗ ਵਾਮਿਕਾ ਗਾਬੀ ਪ੍ਰੋਮਿਸਿੰਗ ਈਸ਼ਾ ਰਿੱਖੀ ਆਈ ਕਾਂਟ ਸੇ ਪ੍ਰੋਮਿਸਿੰਗ ਅਗੇਨ ਬਟ ਸ਼ੀ ਇਜ਼ ਵੈਰੀ ਸਵੀਟ ਸਰਗੁਣ ਮਹਿਤਾ ਸਵੀਟ ਕਿਊਟ ਮੈਂਡੀ ਤੱਕਰ A bit too honest sometimes. But aaj tu si honest nahi si. I was. Game de vich honest main nahi yaar game khed ke maza nahi aaya. Green wali tusi sare wali ready kiti bhi sare hi hot ne. Nahi. They are. Seriously, they're all very close to my heart. Tusi singing de vich aa rahe ho jivein ki main starting de vich kehsi upcoming singer in our industry. Te ki tamakka leke aa rahi hai Mandy fir hun. See, I'm ajay dubbing chal rahi hai and sab mixing and putting everything together sab kuch chal raha hai main chahundi hu ki kuch main idan da karan jo relatable hove you know thoda urban desi hove and something that's more me you know so let's see we'll go into this slowly I'm going to do a romantic number pehla a sweet romantic number and then we'll take it from there okay Mandy apna interview apa itthe karde han khatam te jande jande tusi apne fans nu ki kehna chahoge ਮੈਂ ਜਾਂਦੇ ਜਾਂਦੇ ਆਪਣੇ ਫੈਨਸ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਈ ਲਵ ਯੂ ਗਾਇਸ ਐਂਡ ਸੋਰੀ ਆਈ ਐਮ ਨੋਟ ਸੋ ਇੰਟਰੈਕਟਿਵ ਔਨ ਸੋਸ਼ਲ ਮੀਡੀਆ ਪਰ ਮੈਂ ਸਾਰਿਆਂ ਦੇ ਕਮੈਂਟਸ ਪੜ੍ਹਦੀ ਰਹਿੰਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਨੂੰ ਇੰਨਾ ਪਿਆਰ ਮਿਲਦਾ ਹੈ ਬਿਕੋਜ਼ ਇਟ ਕੀਪਸ ਮੀ ਗੋਇੰਗ ਇਟ ਕੀਪਸ ਮੀ ਇਨਕਰੇਜਡ ਐਂਡ ਥੈਂਕ ਯੂ ਫੋਰ ਲਵਿੰਗ ਐਂਡ ਸਪੋਰਟਿੰਗ ਮੀ ਇਟ ਮੀਨਸ ਅ ਲੋਟ ਥੈਂਕ ਯੂ ਐਂਡ ਥੈਂਕ ਯੂ ਸੋ ਮਚ ਮੈਂਡੀ ਤੁਸੀਂ ਸਾਡੇ ਕੋਲ ਆਏ ਐਂਡ ਗੁੱਡ ਲੱਕ ਫੋਰ ਯੂਰ ਫਿਊਚਰ ਆਲਵੇਜ ਐਂਡ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਥੈਂਕ ਯੂ ਤੇ ਤੁਸੀਂ ਵੇਖਦੇ ਰਹੋ ਕੈਫੇ ਪੰਜਾਬੀ Thank you.